साहिब जीओ एक ओंकार सतनाम करता पुरख निरपाओ निर्वैर अकाल मूरत अजूनी सैभं गुरप्रसाद जप आदि सच जुगाद सच है भी सच नानक होसी भी सच वाहिगुरु 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 जी का खालसा वाहिगुरु जी की फतेह। परम पूजनी गुरु की संगत आप जी पावन पवित्र शब्द गुरु धन धन साहिब सतगुरु श्री गुरु ग्रंथ साहिब महाराज जी आंदी महान पवित्र हजूरी दे अंदर सतखंड वासी श्री मान संत बाबा बख्शीश सिंह जी कुटिया वालियां दी याद विच उन्हां दे परिवार विचों भाई साहिब भाई हरप्रीत सिंह जी तथा गुरु की संगत रल मिल के समूह संगतां दे सहयोग दे नाल मना रहे हैं। बाणी दा जाप श्री अखंड पाठ साहिब जी आंदे भोग उपरंत अरदासां बेनतियां मुख वाह कड़ा प्रसाद दियां देगां महान गुरमत समागम संत समागम कथा कीर्तन सरवण कर रहे हो। सावधान एक बारी फेर कलगीधर महाराज नूं चेते करो फतेह गजाओ वाहिगुरु जी का खालसा वाहिगुरु जी की फतेह। बोले नहीं भाई मेरी आत्मा नहीं मनदी आवाज आनी चाहिए जदों कोई मर जांदा कूकां पैंदियां कि नहीं पैंदियां जदों जमदे ने पता किन्ने भंगड़े पैंदे पता नहीं किसी ने दुख देना कि सुख देना भगड़े पाउण वेले गाउण वेले बहुत उच्ची उच्ची बोलदे आ मर जांदा तां कूकां मारदे आ। गुरु महाराज जी दी बाणी सदा लई सानूं समझाउंदी है किसो कूकी है तां बेनती कर फिर बोलो अपनी आत्मा ते मुख तो बोलो सारे वाहिगुरु जी का खालसा वाहिगुरु। सारिया संगतां ने धारना पढ़नी है संतां दी महिमा वेदां तो ने आरी है लिखी नहीं जा सकती इउं कहो अंत न अंता सदा बेअंता। नाम की महिमा जड़ी है वसदी हुई संतां दे हिरदे विच है नाम की महिमा संत दिवस है संत प्रताप संसार रोगी है मैं भी रोगी हूं डॉक्टर दवाई देंदे हैं खाने हैं पर एक कर्म रोग नहीं जाता पर जदों नाम जपन वाले दी
ਦ੍ਰਿਸ਼ਟੀ ਪੈ ਜਾਂਦੀ ਹੈ ਕਿਸੇ ਭਗਤ ਦੀ, ਦਾਨੀ ਦੀ ਅਤੇ ਸੂਰਮੇ ਦੀ ਨਿਗਾਹ ਪੈ ਜਾਂਦੀ ਹੈ। ਸੰਤ ਪ੍ਰਤਾਪ ਦੁਰਤ ਸਾਹਿਬ ਨਸੈ, ਸਾਰੇ ਦੁੱਖ ਦਲਿੱਦਰ ਸਮਾਪਤ ਹੋ ਜਾਂਦੇ ਨੇ। ਪਰ ਦੁੱਖ ਦੀ ਗੱਲ ਇਹ ਹੈ, ਜਿਨ੍ਹਾਂ ਨੂੰ ਗੁਰੂ ਦੀ ਬਾਣੀ ਸੰਤ ਕਹਿੰਦੀ ਹੈ ਉਹ ਟਾਵੇਂ ਟਾਵੇਂ ਨੇ, ਸੰਤਾਂ ਦਾ ਕੋਈ ਅੰਤ ਨਹੀਂ। ਸਾਰਿਆਂ ਦਾ ਹੀ ਸਤਿਕਾਰ ਕਰਨਾ ਕਿਉਂਕਿ ਬਾਣੀ ਪੜ੍ਹਦੇ, ਪਰ ਬਾਣੀ ਪੜ੍ਹਦੇ ਪੜ੍ਹਦੇ ਵਪਾਰੀ ਜਿਹੜੇ ਬਣ ਜਾਂਦੇ ਨੇ ਉਹਨਾਂ ਤੋਂ ਬਚਣਾ, ਜਿਹੜੇ ਨਾਮ ਜਪਾਉਂਦੇ ਨੇ ਉਹਨਾਂ ਨਾਲ ਜੁੜ ਕੇ ਮਹਾਰਾਜ ਦੀ ਬਾਣੀ ਪੜ੍ਹਨੀ, ਮਹਾਰਾਜ ਨਾਲ ਜੁੜ। ਸਿੱਖੋ, ਸੰਤ ਇਹ ਗੱਲ ਕਹਿੰਦੇ ਨੇ, ਸੰਤ ਸੰਗ ਅੰਤਰ ਪ੍ਰਭ ਡੀਠਾ, ਗੁਰੂ ਦੀ ਬਾਣੀ ਨਾਮ ਪ੍ਰਭੂ ਕਾ ਲਾਗਾ ਮਿੱਠਾ। ਚੰਗੀ ਲੱਗੇ ਨਾ ਗੁਰਾਂ ਦੀ ਬਾਣੀ, ਮਨ ਮੁੱਖ ਨਾ ਸੁਣਨ ਗੁਰੂ ਦੀ ਬਾਣੀ, ਕਾਗ ਨਾ ਕਪੂਰ ਚੱਖਦੇ, ਕਉ ਨੀ ਕਦੇ ਕਪੂਰ ਚੱਖਦੇ, ਕਾਂ ਗੰਦਾ ਹੀ ਬੋਲਦੇ, ਖਿਮਾ ਕਰ। ਇਸ ਕਰਕੇ ਆਹ ਜਿਹੜਾ ਮਾਰਗ ਹੈ, ਮਹਾਂਪੁਰਖਾਂ ਨੇ ਕਿਰਪਾ ਕੀਤੀ, ਨਾਮ ਜਪਿਆ, ਜਪਿਆ ਹੋਇਆ ਨਾਮ, ਕੀਤੀ ਹੋਈ ਸੇਵਾ, ਹਰ ਕਾ ਭਗਤ ਪ੍ਰਗਟ ਨਹੀਂ ਛਪੇ। ਦੇਖੋ, ਇੱਕ ਨੂੰ ਤਾਂ ਲੋਕ ਪ੍ਰਗਟ ਕਰਦੇ ਨੇ, ਉਹਨੇ ਸਮਾਪਤ ਹੋ ਜਾਣਾ, ਖਿਮਾ ਕਰ। ਪ੍ਰਗਟ ਕਰਦੇ ਨੇ ਸਾਰੇ ਧਰਮਾਂ ਵਾਲੇ ਆਪੋ ਆਪਣੇ ਮੁਖੀਆਂ ਨੂੰ ਪ੍ਰਗਟ ਕਰਦੇ, ਲੇਕਿਨ ਜਿਹੜਾ ਗੁਰੂ ਦਾ ਸਿੱਖ ਹੈ ਇਹ ਗੁਰੂ ਨੇ ਪ੍ਰਗਟ ਕੀਤਾ, ਇਹ ਗੁਰੂ ਨੇ ਪ੍ਰਗਟ ਕਰਕੇ ਸਿੱਖ ਨੂੰ ਕਹਿ ਦਿੱਤਾ ਖਾਲਸਾ ਮੇਰੋ ਰੂਪ ਹੈ, ਖਾਲਸੇ ਮੈਂ ਹਾਂ ਕਰੋ ਨਿਵਾਰ, ਖਾਲਸਾ ਮੇਰੀ ਜਾਨ ਕੀ ਜਾਨ ਬੋਲੋ ਸਤਨਾਮ, ਫੇਰ ਨਹੀਂ ਬੋਲਦੇ, ਬੋਲੋ ਸਤਨਾਮ। ਔਖੇ ਵੇਲੇ ਜਿੰਦੇ ਤੇਰੇ ਨਾਮ ਕੰਮ ਆਊਗਾ, ਭਾਵੇਂ ਘਰ ਵਾਲੀ ਆ, ਭਾਵੇਂ ਘਰ ਵਾਲਾ, ਭਾਵੇਂ ਬੱਚੇ ਨੇ, ਬਾਪੂ ਕੀ ਹਾਲ ਆ, ਬਾਪੂ ਤਾਂ ਬੋਲਦਾ ਹੀ ਨਹੀਂ, ਉੱਥੇ ਕਿਸੇ ਨੇ ਮਦਦ ਨਹੀਂ ਕਰਨੀ। ਨੋਟ ਰੱਖਿਓ, ਕਿਸੇ ਘਮੰਡ ਵਿੱਚ ਨਾ ਘੁੰਮੀ ਜਾਇਓ, ਕੋਈ ਨੀ ਕਿਸੇ ਤੱਕ ਪਰਮਾਤਮਾ ਤੋਂ ਬਿਨਾਂ ਆਪਣੇ ਫਰਜ਼ ਨਿਭਾਓ, ਆਤਮਾ ਨੂੰ ਪਰਮਾਤਮਾ ਦੇ ਨਾਲ ਜੋੜ ਕੇ ਰੱਖੋ। ਇਹ ਸੰਤਾਂ ਦਾ ਕੰਮ, ਹਰ ਕਾ ਪ੍ਰਗਟ ਹਰ ਕਾ ਭਗਤ ਪ੍ਰਗਟ ਨਹੀਂ ਛਪੇ, ਉਹ ਛੁਪਦਾ ਨਹੀਂ। ਇੱਕ ਨੂੰ ਲੋਕ ਪ੍ਰਗਟ ਕਰਦੇ ਨੇ, ਸਮਾਪਤ ਹੋ ਜਾਂਦਾ, ਨਵਾਂ ਗੁਰੂ ਬਣਾਉਣਾ ਪੈਂਦਾ। ਆ ਸਾਡੇ ਲਈ, ਸਿੱਖਾਂ ਲਈ ਮਹਾਤਮਾ ਕੀ ਕਹਿੰਦੇ ਨੇ, ਗੁਰੂ ਜੀ ਕੀ ਕਹਿੰਦੇ ਨੇ, ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰਬਾਣੀ ਕਹਿ ਸੇਵਕ ਜਨ ਮਾਨੈ, ਪਰ ਤਖ ਗੁਰੂ ਨਿਸਤਾਰੇ। ਦੁਨੀਆਂ ਆਉਂਦੀ ਵੀ ਰਹਿੰਦੀ ਹੈ, ਦੁਨੀਆਂ ਜਾਂਦੀ ਵੀ ਰਹਿੰਦੀ ਹੈ, ਮਹਾਂਪੁਰਖ ਆਉਂਦੇ ਨੇ ਮਰਿਆਦਾ ਪੁਰਸ਼ੋਤਮ, ਗੁਰੂ ਜੀ ਮੋਹਰ ਲਗਾਉਂਦੇ ਨੇ, ਨਾ ਉਹ ਮਰੇ ਨਾ ਠਾਗੇ ਜਾਏ, ਜਿਨ ਕੇ ਰਾਮ ਬਸੇ। ਮਨ ਮਾਹਿਕ ਧਾਰਨਾ ਪੜ ਕੇ ਸਮਾਪਤੀ ਕਰੀਏ। ਆਉਂਦੇ ਨੇ ਸਾਧੂ ਪਾਰਾਇਓ ਪੁਕਾਰੀ, ਆਉਂਦੇ ਨੇ ਸਾਧੂ ਪਾਰ